ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅਮਨ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਰਿਆਂ ਦੇ ਨਾਲ, ਅਤੇ ਅੱਜ ਅਸੀਂ ਪਹੁੰਚੇ ਹਾਂ ਜੀ ਰਾਜਸਥਾਨ ਦੇ ਬਿਲਕੁਲ ਐਨ ਬਾਰਡਰ 'ਤੇ, ਜਿੱਥੇ ਮੂਵੀ ਦਾ ਸ਼ੂਟ ਚੱਲ ਰਿਹਾ ਹੈ, ਪੰਜਾਬੀ ਮੂਵੀ ਸਾਕ ਦਾ ਸ਼ੂਟ ਚੱਲ ਰਿਹਾ ਹੈ। ਅਤੇ ਸਾਕ ਮੂਵੀ ਦੇ ਕੁਛ ਬਹੁਤ ਹੀ ਪਿਆਰੇ ਪਿਆਰੇ ਆਰਟਿਸਟ ਸਾਡੇ ਨਾਲ ਨੇ, ਜਿਹੜੇ ਕਿ ਮੂਵੀ ਦੇ ਵਿੱਚ ਕਰੈਕਟਰ ਪਲੇਅ ਕਰ ਰਹੇ ਨੇ, ਕੁਛ ਮੇਨ ਲੀਡ ਕਰ ਰਹੇ ਨੇ, ਜਿਹੜੇ ਕਿ ਇਸ ਮੂਵੀ ਨੂੰ ਖੂਬਸੂਰਤ ਬਣਾ ਤੇ ਰਹੇ ਨੇ, ਉਹਦੇ ਨਾਲ ਨਾਲ ਕੁਝ ਰਿਸ਼ਤਿਆਂ ਨੂੰ ਦਰਸਾਉਂਦੀ ਹੋਈ, ਕੁਝ ਹਾਸੇ ਵੰਡਦੀ ਹੋਈ, ਕੁਝ ਖੁਸ਼ੀਆਂ ਵੰਡਦੀ ਹੋਈ, ਕੁਝ ਚਾਰੇ ਪਾਸੇ ਮਹਿਕਾਂ ਖੰਡਾਉਂਦੀ ਹੋਈ ਮੂਵੀ ਸਾਕ ਬਿਲਕੁਲ ਤਿਆਰ ਹੋ ਰਹੀ ਹੈ ਤੁਹਾਡੇ ਸਾਰਿਆਂ ਦੇ ਲਈ। ਥੀਏਟਰਾਂ ਦੇ ਵਿੱਚ ਬਹੁਤ ਜਲਦੀ ਲੱਗੇਗੀ ਅਤੇ ਸਾਰਿਆਂ ਨੇ ਇੰਜੋਏ ਕਰਨਾ ਹੈ ਪੂਰੇ ਪਰਿਵਾਰਾਂ ਦੇ ਨਾਲ, ਫੈਮਿਲੀ ਦੇ ਨਾਲ। ਅਤੇ ਮੇਰੇ ਨਾਲ ਹੈ ਮੂਵੀ ਦੇ ਆਰਟਿਸਟ ਪ੍ਰਭਸ਼ਨ ਮੈਮ, ਅਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ, ਜਾਣਦੇ ਉਹਨਾਂ ਕੋਲੋਂ ਮੂਵੀ ਬਾਰੇ ਅਤੇ ਉਹਨਾਂ ਦੀ ਮਿੱਠੀ ਮਿੱਠੀ ਖੱਟੀ ਮਿੱਠੀ ਪਿਆਰੀ ਜੀ ਬੀਤੀ ਹੋਈ ਜ਼ਿੰਦਗੀ ਦੇ ਬਾਰੇ ਦੇ ਵਿੱਚ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਮ। ਤੁਸੀਂ ਮੂਵੀ ਕਰ ਰਹੇ ਹੋ ਸਾਕ ਦੇ ਸੈੱਟ 'ਤੇ, ਇਸ ਟਾਈਮ ਅਸੀਂ ਖੜ੍ਹੇ ਹਾਂ, ਔਰ ਸਾਕ ਮੂਵੀ ਦੇ ਬਾਰੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ, ਇਹ ਮੂਵੀ ਕਿੱਦਾਂ ਦੀ ਹੈ ਔਰ ਇਹਦੇ 'ਚ ਤੁਸੀਂ ਕੀ ਕਰੈਕਟਰ ਪਲੇ ਕਰ ਰਹੇ ਹੋ? ਮੈਂ ਹੀਰੋ ਦੀ ਮਦਰ ਦਾ ਪਾਰਟ ਪਲੇ ਕਰ ਰਹੀ ਹੈਗੀ। ਓਕੇ। ਜੋ ਬੰਦੇ ਠੀਕ ਹੈ, ਹਾਂ ਉਹਦੇ ਮਦਰ ਹੈਗੀ ਆ, ਔਰ ਸਾਡੀ ਫੈਮਿਲੀ ਦੇ ਵਿੱਚ ਉਹ ਫੌਜ ਦੇ ਵਿੱਚ ਕੰਮ ਕਰ ਰਿਹਾ ਬੱਚਾ ਸਾਡਾ, ਔਰ ਵਧੀਆ ਮੂਵੀ ਹੈ, ਬੜਾ ਸਸਪੈਂਸ ਹੈਗਾ ਆ, ਕਿਸ ਤਰ੍ਹਾਂ ਉਹ ਹੈ ਜਾਂਦਾ ਆਉਂਦਾ ਜੋ ਵੀ ਹੈ ਨਾ, ਤੁਹਾਨੂੰ ਪਤਾ ਸਾਰਾ ਕੁਛ ਨਹੀਂ ਹੋ ਸਕਦਾ ਜੀ। ਬਿਲਕੁਲ, ਤੁਸੀਂ ਮੂਵੀ ਦਾ ਸਸਪੈਂਸ ਰੱਖ ਕੇ ਆਓ। ਮੈਮ ਮੈਂ ਤੁਹਾਡੇ ਬਾਰੇ ਗੱਲਬਾਤ ਕਰਨਾ ਚਾਹੂੰਗੀ, ਤੁਹਾਡੇ ਬਾਰੇ ਜਾਣਨਾ ਚਾਹੂੰਗੀ, ਤੁਸੀਂ ਮੂਵੀ ਇੰਡਸਟਰੀ, ਪੰਜਾਬੀ ਫਿਲਮ ਇੰਡਸਟਰੀ 'ਚ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ? ਮੈਨੂੰ ਬੇਟੇ ਹੋ ਗਏ ਹੋਣੇ ਤਕਰੀਬਨ 20 ਸਾਲ ਹੋ ਗਏ ਨੇ। ਓਕੇ। ਹਾਂ, ਹਲੇ ਉਦੋਂ ਮੈਂ ਐਕਚੁਅਲੀ ਮੈਂ ਪ੍ਰਿੰਸੀਪਲ ਕਾਲਜ, ਮੇਰਾ ਐਜੂਕੇਸ਼ਨ ਫੀਲਡ ਹੈਗਾ ਜੀ ਜੀ, ਮਤਲਬ ਤੁਸੀਂ ਟੀਚ ਕਰਦੇ ਕਰਦੇ ਮੂਵੀ ਇੰਡਸਟਰੀ 'ਚ ਆ ਗਏ ਜੀ ਜੀ। ਜਿੱਦਾਂ ਅਸੀਂ ਪਲੇ ਕਰਦੇ ਸੀ, ਸਟੇਜ ਕਰਦੇ ਸੀ, ਦੂਰਦਰਸ਼ਨ ਕਰਦੇ ਸੀ, ਫਿਰ ਮੂਵੀ 'ਚ ਚਲੇ ਗਏ ਆਪਣੇ ਇੰਟਰਸਟ ਨਾਲ, ਅਤੇ ਮਨਮੋਹਨ ਸਿੰਘ ਹੋਣਾ ਨਾਲ, ਮਾਂਜੀ ਦੇ ਨਾਲ, ਇਕਬਾਲ ਹੋਣਾ ਦੇ ਨਾਲ, ਰਵੀ ਦੇ ਨਾਲ, ਤਾਂ ਮੈਂ ਕਾਫੀ ਸਾਰੇ ਵਧੀਆ ਵਧੀਆ ਡਾਇਰੈਕਟਰਸ ਦੇ ਨਾਲ ਕੰਮ ਕੀਤਾ, ਔਰ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਉਹੋ ਜਿਹੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਡਾਇਰੈਕਟਰਸ ਨੇ ਪੰਜਾਬੀ ਮੂਵੀ ਇੰਡਸਟਰੀ ਨੂੰ ਦੁਬਾਰਾ ਇੱਕ ਨਵਾਂ ਮੋੜ ਦਿੱਤਾ ਸੀ, ਮਨਮੋਹਨ ਸਿੰਘ ਜੀ ਹੋਣਾਂ ਦੀ ਗੱਲ ਕਰੀਏ ਅਤੇ ਉਹਨਾਂ ਨੇ ਇਕਬਾਲ ਹੋਰਾਂ ਦੀ ਗੱਲ ਕਰੀਏ, ਤਾਂ ਉਹਨਾਂ ਨੇ ਹਰਭਜਨ ਮਾਨ ਜੀ ਦੇ ਨਾਲ ਇਸ ਇੰਡਸਟਰੀ ਨੂੰ ਇੱਕ ਨਵਾਂ ਮੋੜ ਦਿੱਤਾ ਸੀ ਨਾ? ਬਿਲਕੁਲ ਬਿਲਕੁਲ, ਔਰ ਬੜੀ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਔਰ ਉਹਨਾਂ ਦੀ ਪ੍ਰੀਜੈਂਟੇਸ਼ਨ ਔਰ ਮਿਹਨਤ ਔਰ ਉਹਨਾਂ ਦਾ ਜਿਹੜਾ ਸਟਾਈਲ ਕੰਮ ਕਰਨ ਦਾ, ਰੀਅਲੀ ਐਪਰੀਸ਼ੀਏਟੇਬਲ। ਅਤੇ ਮੈਂ ਤਾਂ ਕਹਿੰਦੀ ਹਾਂ ਦੁਬਾਰਾ ਦੁਬਾਰਾ, ਮਾਂਜੀ ਨੂੰ ਵੀ ਕਿਹਾ ਸੀਗਾ ਹੁਣ ਬਣਾ ਰਹੇ ਨੇ ਫਿਲਮ, ਕਿ ਦੁਬਾਰਾ ਤੋਂ ਦਿਲ ਕਰਦਾ ਉਹਨਾਂ ਦੇ ਨਾਲ ਕੰਮ ਕਰਨ ਦਾ। ਜੀ ਬਿਲਕੁਲ। ਮੈਮ ਤੁਹਾਡੀਆਂ ਆਉਣ ਵਾਲੀਆਂ ਕਿਹੜੀਆਂ ਕਿਹੜੀਆਂ ਮੂਵੀਜ਼ ਨੇ? ਮੈਂ ਕੁਛ, ਮੇਰੀ ਬ੍ਰੇਕ ਹੋ ਗਈ ਸੀ, ਮੇਰੇ ਕੁਛ ਪਰਸਨਲ ਰੀਜ਼ਨਸ ਕਰਕੇ ਪਿਛਲੇ 5-7 ਸਾਲ ਮੈਂ ਆਈ ਨਹੀਂ। ਮੇਰਾ ਪਿੰਡ ਮਾਈ ਹੋਮ ਮੇਰੀ ਸੀਗੀ ਲਾਸਟ ਫਿਲਮ, ਉਸ ਤੋਂ ਬਾਅਦ ਮੈਂ ਅਦਾਰਾ ਕੀਤੀ ਹੈ, ਔਰ ਹੁਣ ਫਿਰ ਫੀਲਡ ਦੇ ਵਿੱਚ ਆ ਰਹੀ ਹਾਂ, ਤੁਹਾਡੇ ਸਾਹਮਣੇ ਹੀ ਹੈ, ਔਰ ਲੱਗਦਾ ਹੁਣ ਇਹ ਸਾਕ ਦੇ ਵਿੱਚ ਆ ਕੇ ਹੁਣ ਮੇਰਾ ਫੀਲਡ ਅਗੇਨ ਕੰਟੀਨਿਊ ਹੋਊਗਾ, ਲਿੰਕ ਹੋਊਗਾ। ਮੈਮ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਿਜ਼ ਨੇ, ਤੁਸੀਂ ਇੱਦਾਂ ਹੀ ਤਰੱਕੀ ਕਰਦੇ ਰਹੋ, ਅੱਗੇ ਮੂਵੀਜ਼ ਕਰਦੇ ਰਹੋ, ਕਿਉਂਕਿ ਇੱਕ ਮੇਨ ਕਰੈਕਟਰ ਤਾਂ ਹੀ ਆਪਣੇ ਆਪ 'ਤੇ ਸਟੇਬਲ ਹੈ, ਅਗਰ ਉਹਦੇ ਨਾਲ ਕਰੈਕਟਰਸ ਚੱਲ ਰਹੇ ਨੇ, ਉਹਦੇ ਨਾਲ ਰਿਸ਼ਤੇ ਚੱਲ ਰਹੇ, ਤੁਹਾਡੀ ਸਾਕ ਮੂਵੀ ਨੂੰ ਸਾਡੇ ਵੱਲੋਂ ਬੈਸਟ ਵਿਸ਼ਿਜ਼ ਨੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਅਮਨ ਤੁਹਾਡੇ ਨਾਲ ਹਾਜ਼ਰ ਹਾਂ ਅਮੇਜ਼ਿੰਗ ਟੀਵੀ 'ਤੇ ਇੱਕ ਵਾਰ ਫਿਰ, ਅਤੇ ਮੇਰੇ ਨਾਲ ਬੈਠੇ ਨੇ ਜੀ ਡਾਇਰੈਕਟਰ ਸਾਹਿਬ, ਅਤੇ ਡਾਇਰੈਕਟਰ ਸਾਹਿਬ ਨੇ ਪੰਜਾਬੀ ਮੂਵੀ ਸਾਕ ਦੇ, ਅਤੇ ਉਹਦੇ ਨਾਲ ਨਾਲ ਜਿਨ੍ਹਾਂ ਨੇ ਬਾਲੀਵੁੱਡ ਹਾਲੀਵੁੱਡ ਦੇ ਵਿੱਚ ਵੀ ਕਾਫੀ ਜ਼ਿਆਦਾ ਕੰਮ ਕੀਤਾ ਔਰ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੰਮ ਕਰ ਰਹੇ ਨੇ, ਇੱਕ ਨਾਮ ਹੈ ਉਹਨਾਂ ਦਾ ਜਿਹਦੇ ਵਿੱਚ ਹਾਲੀਵੁੱਡ ਮੂਵੀ ਦ ਬਲੈਕ ਪੇਨਸ ਐਂਡ ਵੇਅਰ ਫੁੱਟ ਵੈਰੀਅਰਸ, ਔਰ ਉਹਦੇ ਨਾਲ ਨਾਲ ਦੰਗਲ ਮੂਵੀ ਦੇ ਵਿੱਚ ਵੀ ਉਹਨਾਂ ਦਾ ਬਹੁਤ ਨਾਮ ਰਿਹਾ, ਉਸ ਵਕਤ ਉਹਨਾਂ ਨੇ ਦੰਗਲ ਮੂਵੀ ਦੇ ਵਿੱਚ ਵੀ ਕਾਫੀ ਪ੍ਰੋਡਕਸ਼ਨ 'ਚ ਕੰਮ ਦਿੱਤਾ, ਉਹਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਵਿੱਚ ਸਾਕ ਮੂਵੀ ਡਾਇਰੈਕਟ ਕਰ ਰਹੇ ਨੇ ਔਰ ਉਹਦੇ ਰਾਈਟਰ ਵੀ ਨੇ। ਸੋ ਮੇਰੀ ਮੁਰਾਦਾ ਜੀ ਕਮਲਦੀਪ ਜੀ ਤੋਂ। ਸਤਿ ਸ਼੍ਰੀ ਅਕਾਲ ਜੀ ਸਾਰੇ ਅਮੇਜ਼ਿੰਗ ਟੀਵੀ ਦੇਖਣ ਵਾਲੇ ਸ਼ਰੋਤਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਵੀ ਕੋਈ ਜੋ ਵੀ ਸੁਣ ਰਹੇ ਨੇ, ਸਦਾ ਹੱਸਦੇ ਰਹੋ, ਵੱਸਦੇ ਰਹੋ। ਸਰ ਤੁਸੀਂ ਸਾਕ ਮੂਵੀ ਦੀ ਡਾਇਰੈਕਸ਼ਨ ਦੇ ਰਹੇ ਹੋ ਔਰ ਤੁਸੀਂ ਲਿਖੀ ਵੀ ਆ, ਇਹਦਾ ਕੋਨਸੈਪਟ ਜਿਹੜਾ ਬਹੁਤ ਹੱਟ ਕੇ ਆ, ਜਿੰਨੀਆਂ ਵੀ ਮੂਵੀ ਅੱਜ ਕੱਲ੍ਹ ਇੰਡਸਟਰੀ 'ਚ ਆ ਰਹੀਆਂ ਨੇ, ਕੋਮੇਡੀ ਆ ਰਹੀਆਂ ਨੇ, ਯੇ ਵੋ ਸਮਥਿੰਗ, ਮੈਂ ਕਾਫੀ ਜ਼ਿਆਦਾ ਨਵੇਂ ਆਈਡੀਆਜ਼ ਆ ਰਹੇ ਨੇ, ਪਰ ਇਹਦਾ ਕੋਨਸੈਪਟ ਬਹੁਤ ਹੱਟ ਕੇ, ਤੁਹਾਡੇ ਦਿਮਾਗ 'ਚ ਇਹ ਕੋਨਸੈਪਟ ਕਿਵੇਂ ਆਇਆ? ਇਹ ਕੁਛ ਸ਼ਬਦ ਸੀਗੇ ਮੁਕਲਾਵਾ, ਜਦੋਂ ਮੈਂ ਉਹ ਸ਼ਬਦ ਸੁਣਿਆ ਤਾਂ ਮੈਂ ਉਸ ਕੰਸੈਪਟ 'ਤੇ ਲਿਖਣਾ ਸ਼ੁਰੂ ਕੀਤਾ, ਮੈਨੂੰ ਬਹੁਤ ਪਸੰਦ ਸੀਗਾ, ਪਰ ਅਸੀਂ ਟਾਈਟਲ ਤਾਂ ਨਹੀਂ ਲੈ ਸਕੇ, ਪਰ ਅਸੀਂ ਉਹ ਬੈਕਗਰਾਊਂਡ ਉੱਦਾਂ ਦੀ ਬਣਾ ਕੇ ਫਿਲਮ ਸ਼ੁਰੂ ਕੀਤੀ, ਅਤੇ ਉਹ ਅੱਗੇ ਅੱਗੇ ਕ੍ਰੀਏਟ ਹੁੰਦੀ ਰਹੀ ਹੁੰਦੀ ਰਹੀ ਹੁੰਦੀ ਰਹੀ, ਅਤੇ ਅੱਜ ਇਸ ਮੁਕਾਮ 'ਤੇ ਕਿ ਅੱਜ ਅਸੀਂ ਇਹਨੂੰ ਫਾਈਨਲ ਰੂਪ ਦੇ ਰਹੇ ਹਾਂ। ਲਗਭਗ ਸਾਡਾ
90% ਸ਼ੂਟ ਹੋ ਚੁੱਕਾ ਹੈ, 10% ਰਹਿੰਦਾ ਹੈ ਅਤੇ ਉਹ ਅਸੀਂ ਲੱਗੇ ਹੋਏ ਹਾਂ ਜੀ. ਸਰ ਜੋ ਸਰ ਤੁਹਾਡੀ ਕੁਝ ਸਟਾਰ ਕਾਸਟ ਹੈ ਔਰ ਕੁਝ ਆਰਟਿਸਟ ਜਿਹੜੇ ਨੇ ਉਹ ਡੈਬਿਊ ਕਰ ਰਹੇ ਨੇ, ਜਿਵੇਂ ਤੁਹਾਡਾ ਮੇਨ ਲੀਡ ਡੈਬਿਊ ਬੋਆਏ ਡੈਬਿਊ ਕਰ ਰਿਹਾ ਹੈ ਔਰ ਤੁਹਾਡੇ ਉਹਨਾਂ ਦੇ ਆਪੋਜ਼ਿਟ ਜਿਹੜੇ ਨੇ ਮੈਂਡੀ ਤੱਖਰ ਜੀ ਨੇ, ਔਰ ਜੇ ਸੈਕਿੰਡ ਲੀਡ ਦੀ ਗੱਲ ਕਰੀਏ ਤਾਂ ਗੁਰਦੀਪ ਬਰਾੜ ਜੀ ਜਿਹੜੇ ਨੇ ਉਹ ਡੈਬਿਊ ਕਰ ਰਹੇ ਨੇ, ਉੱਧਰ ਮੋਕਲ ਦੇਵ ਜੀ ਆਪੋਜ਼ਿਟ ਨੇ. ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਾਲੀਵੁੱਡ ਸਟਾਰਸ ਤੁਹਾਡੇ ਨਾਲ ਨੇ ਔਰ ਤੁਹਾਡੀ ਟੀਮ ਸਾਊਥ ਦੀ ਆ, ਔਰ ਕਿਵੇਂ ਦਾ ਐਕਸਪੀਰੀਅੰਸ ਹੈ ਕੰਮ ਕਰਕੇ? ਅਸਲ 'ਚ ਇਹ ਸੀਗਾ ਕਿ ਅਸੀਂ ਆਪਣਾ ਵਿਰਸਾ ਦਿਖਾਈਏ ਪਰ ਜਿਹੜੇ ਤਕਨੀਕੀ ਪੱਖ ਹੋਵੇ ਉਹ ਬਹੁਤ ਰਿਚ ਹੋਵੇ, ਕੈਮਰਾ ਵਰਕ ਔਰ ਲੋਕੇਸ਼ਨਸ ਬਹੁਤ ਸੋਹਣੀਆਂ ਹੋਣ. ਤਾਂ ਉਹਨਾਂ ਨੂੰ ਫਿਲਮਾਂਕਣ ਲਈ ਅਸੀਂ ਸਾਊਥ ਤੋਂ ਆਪਣੇ ਕੈਮਰਾਮੈਨ ਕੀਤੇ ਜਿਨ੍ਹਾਂ ਨੇ ਬੋਲੀਵੁੱਡ ਔਰ ਸਾਊਥ 'ਚ ਬਹੁਤ ਸੋਹਣਾ ਕੰਮ ਕੀਤਾ ਹੋਇਆ, ਬਹੁਤ ਵੱਡੇ ਐਕਟਰਾਂ ਨਾਲ ਕੰਮ ਕੀਤਾ ਹੋਇਆ. ਅਤੇ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਹਾਇਰ ਕੀਤਾ ਕਿ ਜਿਹੜਾ ਫਿਲਮਾਂਕਣ ਆ ਔਰ ਤਕਨੀਕੀ ਪੱਖ ਆ ਉਹ ਸਾਡਾ ਕਮਜ਼ੋਰ ਨਾ ਰਹੇ, ਉਹ ਬਹੁਤ ਉੱਚੇ ਪੱਧਰ ਦਾ ਹੋਵੇ. ਪੰਜਾਬੀ ਫਿਲਮਾਂ ਤੋਂ ਮਤਲਬ ਬਹੁਤ ਸੋਹਣੀਆਂ ਬਣ ਰਹੀਆਂ ਨੇ ਪਰ ਇੱਕ ਮੁਕਾਮ ਤੱਕ ਲੈ ਕੇ ਜਾਵੇ ਇਹ ਫਿਲਮ. ਇਸ ਲਈ ਅਸੀਂ ਉਹਨਾਂ ਨੂੰ ਬੰਬੇ ਤੋਂ ਸਾਡੇ ਟੈਕਨੀਸ਼ੀਅਨ ਔਰ ਸਾਊਥ ਤੋਂ ਅਸੀਂ ਹਾਇਰ ਕੀਤੇ. ਜਿਹੜੇ ਆਰਟਿਸਟ ਆ ਉਹਨਾਂ 'ਚ ਜੋਵਨਪ੍ਰੀਤ ਸਿੰਘ ਨਾਲ ਅਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਸੀਗੇ, ਉਹਨਾਂ ਅਸੀਂ ਵੇਅਰਫੁੱਟ ਵੈਰੀਅਰਸ, ਕੰਡੇ, ਦੰਗਲ ਅਤੇ ਹੋਰ ਵੀ ਮੈਂ 3-4 ਫਿਲਮਾਂ ਕੀਤੀਆਂ ਸੀ. ਉਹ 'ਚ ਮੈਨੂੰ ਪਤਾ ਸੀ ਵੀ ਇੱਕ ਨੈਚੁਰਲ ਐਕਟਰ ਬਹੁਤ ਵਧੀਆ ਔਰ ਉਹਨਾਂ ਦੀ ਬੋਡੀ ਲੈਂਗੁਏਜ ਆ ਜਿੱਦਾਂ ਦਾ ਮੇਰਾ ਕਰੈਕਟਰ ਸੀ ਫੌਜੀ ਦਾ ਤਾਂ ਉਹ ਸਾਰਾ ਕੁਛ ਸੀਗਾ, ਉਹ ਸਾਨੂੰ ਹੋਰ ਕਿਸੇ 'ਚ ਦਿਸ ਨਹੀਂ ਰਿਹਾ ਸੀ ਮੈਨੂੰ, ਤਾਂ ਅਸੀਂ ਜੋਬਨ ਨੂੰ ਹਾਇਰ ਕੀਤਾ. ਉਸ ਤੋਂ ਇਲਾਵਾ ਸਾਨੂੰ ਇਹ ਸੀ ਵੀ ਅਸੀਂ ਇਸ ਫਿਲਮ ਨੂੰ ਇੱਕ ਮੁਕਾਮ 'ਤੇ ਲੈ ਕੇ ਜਾਈਏ. ਤਾਂ ਜਿਹੜੀ ਕੁੜੀ ਆ ਉਹ ਚੰਨ ਕੌਰ ਆ ਫਿਲਮ ਦਾ ਨਾਂ, ਜਦੋਂ ਮੈਂ ਰਿਟਰਨ ਕੀਤੀ ਸੀ ਤਾਂ ਜਿਹੜੀ ਚੰਨ ਕੌਰ ਆ ਉਹ 25 ਪਿੰਡਾਂ ਸਭ ਤੋਂ ਸੋਹਣੀ ਆ, ਤਾਂ ਉਹ 'ਚ ਜਿਹੜਾ ਫਸਟ ਔਰ ਲਾਸਟ ਨੇਮ ਸੀ ਉਹ ਮੈਂਡੀ ਤੱਖੜ ਸੀਗਾ ਮੇਰੇ ਦਿਮਾਗ 'ਚ. ਤਾਂ ਮੈਂਡੀ ਤੱਖਣ ਲਈ ਅਸੀਂ ਕਾਫੀ ਮਤਲਬ ਉਹ ਬੜੇ ਬਿਜ਼ੀ ਸੀਗੇ, ਅਸੀਂ ਸ਼ਡਿਊਲ 1 ਮਹੀਨਾ ਪਹਿਲਾਂ ਕਰ ਰਹੇ ਸੀ ਪਰ ਸਾਨੂੰ ਡੇਟਾਂ ਦੀ ਪ੍ਰੋਬਲਮ ਆ ਰਹੀ ਸੀ. ਉੱਧਰੋਂ ਸਾਡੇ ਪ੍ਰੋਡਿਊਸਰ ਸਾਹਿਬ ਵੀ ਇਹ ਸੀ ਵੀ ਯਾਰ ਫਿਲਮ ਸ਼ੁਰੂ ਕਰੋ, ਪਰ ਅਸੀਂ 1 ਮਹੀਨਾ ਵੇਟ ਕੀਤੀ ਮੈਂਡੀ ਤੱਖੜ ਦੀ, ਅਤੇ ਐਂਡ 'ਤੇ ਅਸੀਂ ਉਹਨਾਂ ਨੂੰ ਮਨਾ ਵੀ ਲਿਆ ਔਰ ਫਿਲਮ ਵੀ ਲਗਭਗ ਹੋ ਚੁੱਕੀ ਹੈ. ਜੀ ਬਿਲਕੁਲ, ਤੁਹਾਡਾ ਸ਼ੂਟ ਚੱਲ ਰਿਹਾ. ਸਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ, ਜਿਹੜੀਆਂ ਅੱਜ ਪੰਜਾਬੀ ਮੂਵੀਜ਼ ਅੱਜ ਕੱਲ੍ਹ ਆ ਰਹੀਆਂ ਨੇ ਉਹਨਾਂ ਦਾ ਜੇ ਤੁਹਾਡੀ ਗੱਲ ਦੇ ਨਾਲ ਮੈਂ ਗੱਲ ਕਰਦੀ ਹਾਂ ਕਿ ਜਿਵੇਂ ਉਹਨਾਂ ਦਾ ਅਸੀਂ ਟੈਕਨੀਕੀ ਪੱਖ ਦੇਖੀਏ ਨਾ, ਉਹ ਬਹੁਤ ਜ਼ਿਆਦਾ ਕਮਜ਼ੋਰ ਆ ਰਿਹਾ ਹੈ ਨਾ ਉਹਦੇ ਵਿੱਚ, ਜਿਹੜੀ ਮਤਲਬ ਅਸੀਂ ਜਦੋਂ ਮੂਵੀ ਦੇਖਦੇ ਹਾਂ ਤਾਂ ਉਹ ਇੱਕ ਸੈੱਟ 'ਤੇ ਹੀ ਸਾਰੀ ਮੂਵੀ ਕੰਪਲੀਟ ਹੋਈ ਹੁੰਦੀ ਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਲਾਈਕ ਦੈਟ. ਕੁਛ ਮੂਵੀਆਂ ਮੈਂ ਨਾਮ ਨਹੀਂ ਲਵਾਂਗੀ ਬਟ ਉਹਨਾਂ ਦੇ ਵਿੱਚ ਇੱਕ ਸੀਨ 'ਚੋਂ ਸਮਾਨ ਉੱਥੇ ਪ੍ਰੈਜੈਂਟ ਚੀਜ਼ਾਂ ਪਈਆਂ ਹੁੰਦੀਆਂ ਏ ਜੋ ਉਹਨਾਂ ਦੀ ਪ੍ਰੋਪਰਟੀ ਹੁੰਦੀ ਆ, ਅਗਲੇ ਸੀਨ 'ਚੋਂ ਗਾਇਬ ਹੁੰਦੀ ਆ. ਹਾਂਜੀ, ਇਹਨਾਂ ਚੀਜ਼ਾਂ ਦੇ ਲਈ ਤੁਸੀਂ ਸਾਊਥ ਟੀਮ ਲਿੱਤੀ, ਸਾਊਥ ਦੀਆਂ ਮੂਵੀਜ਼ ਬਹੁਤ ਸਟਰੋਂਗ ਨੇ ਕੋਈ ਸ਼ੱਕ ਨਹੀਂ. ਅਸੀਂ ਟੈਕਨੀਕੀ ਵੱਖ ਤੋਂ ਕਿਤੇ ਸਾਨੂੰ ਆਏ ਸੀ ਵੀ ਕਿਉਂਕਿ ਮੇਰਾ ਬੈਕਗਰਾਊਂਡ ਕਿੱਦਾਂ ਦਾ ਉਹ ਬੇਸਿਕ ਹੀ ਹੈ ਕਿ ਅਸੀਂ ਬਹੁਤ ਵੱਡੀਆਂ ਮੂਵੀਆਂ 'ਚ ਆਏ, ਛੋਟਾ ਕੰਮ ਕੀਤਾ ਚਾਹੇ ਵੱਡਾ ਕੰਮ ਕੀਤਾ ਪਰ ਬਹੁਤ ਵੱਡੀਆਂ ਮੂਵੀਆਂ 'ਚ ਕੀਤਾ ਉਹ ਕੰਮ. ਤਾਂ ਉਹਦੇ ਲਈ ਇਹ ਸੀਗਾ ਵੀ ਟੈਕਨੀਕੀ ਪੱਖੋਂ ਔਰ ਕੈਮਰਾ ਪੱਖੋਂ ਕੁਛ ਮੇਰੇ ਕੋਲ ਕੈਮਰੇ ਦੀ ਕਾਫੀ ਨੌਲੇਜ ਖੁਦ ਨੂੰ ਸੀਗੀ, ਮਿਊਜ਼ਿਕ ਦੀ ਖੁਦ ਨੂੰ ਸੀਗੀ, ਤਾਂ ਅਸੀਂ ਉਹਨੂੰ ਰਿਚ ਕਰਨ ਲਈ ਉਹ ਪਹਿਲਾਂ ਹੀ ਸੀ ਦਿਮਾਗ ਜਦੋਂ ਫਿਲਮ ਬਣਾਵਾਂਗੇ ਤਾਂ ਬਹੁਤ ਹਾਈ ਲੈਵਲ 'ਤੇ ਹੀ ਸ਼ੂਟ ਕਰਾਂਗੇ. ਜੀ ਬਿਲਕੁਲ, ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਵੀ ਨੇ ਅਤੇ ਬੈਸਟ ਵਿਸ਼ਿਜ਼ ਵੀ ਨੇ ਤੁਹਾਡੀ ਸਾਕ ਮੂਵੀ ਦੇ ਲਈ. ਤੁਸੀਂ ਕੋਈ ਵੀ ਕਿਸੇ ਵੀ ਪਾਸੇ ਉਹ ਕਮੀ ਨਹੀਂ ਛੱਡਣਾ ਚਾਹ ਰਹੇ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਔਰ ਤੁਹਾਡੀ ਮੂਵੀ ਨੂੰ ਇੱਦਾਂ ਹੀ ਸਕਸੈਸ ਮਿਲੀ. ਇਹ ਮੂਵੀ ਬਹੁਤ ਸਾਰਾ ਧਮਾਲ ਕਰਕੇ ਚਾਹੇ ਬਾਕਸ ਆਫਿਸ 'ਤੇ, ਤੁਹਾਨੂੰ ਬੈਸਟ ਆਫ ਲੱਕ, ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਤੁਹਾਡੀ ਮੂਵੀ ਦੇ ਲਈ. ਥੈਂਕ ਯੂ ਵੈਰੀ ਮੱਚ ਜੀ. ਉਹ ਸਾਰੇ ਦੇਖਣ ਵਾਲੇ ਨੇ ਆਸ ਕਰਦੇ ਕਿ ਇਹ ਟੋਟਲ ਇੱਕ ਕਮੇਡੀ ਮੂਵੀ ਹੈ ਪਰ ਇੱਕ ਇਮੋਸ਼ਨਲ ਵੀ ਹੈ, ਮਿਊਜ਼ੀਕਲ ਵੀ ਹੈ ਔਰ ਟੈਕਨੀਕਲ ਪੱਖੋਂ ਬਹੁਤ ਸਟਰੋਂਗ ਮੂਵੀ ਹੈ ਔਰ ਲਾਸਟ ਇਅਰ ਕੀ ਇੱਕ ਬਹੁਤ ਖੂਬਸੂਰਤ ਮੈਸੇਜ ਦਿੰਦੀ ਹੈ. ਸੋ ਸਾਡੀ ਜਿੱਦਾਂ ਨਿਹਾਸ ਫਿਲਮ ਪ੍ਰੋਡਕਸ਼ਨ ਆ ਤਾਂ ਉਹ ਸ਼ੁਰੂ ਤੋਂ ਹੀ ਗੱਲ ਸੀ ਇੱਦਾਂ ਹੀ ਸਕ੍ਰਿਪਟ ਕਰਾਂਗੀ ਜਿਹੜੀ ਲੋਕਾਂ ਨੂੰ ਹਸਾਵੇ ਬਹੁਤ ਪਰ ਇੱਕ ਖੂਬਸੂਰਤ ਮੈਸੇਜ ਔਰ ਸਾਡਾ ਜਿਹੜਾ ਸੱਭਿਆਚਾਰ ਆ ਉਹ ਵੀ ਦੇਵੇ. ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ.